ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਪੰਜਾਬ ਨਿਊਜ਼ ਚੈਨਲ ਤੇ ਅਸੀਂ ਖੜੇ ਹਾਂ ਇਸ ਵਾਰ ਬਠਿੰਡਾ ਦੇ ਮਿੰਨੀ ਸੈਕਟਰ ਦੇ ਬਾਹਰ ਇੱਥੇ ਕੁਝ ਕਿਸਾਨ ਆਗੂ ਇਕੱਠੇ ਹੋਏ ਨੇ ਜੋ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀਗੀ ਉਸ ਦੇ ਵਿਸ਼ੇ ਵਿੱਚ ਅੱਜ ਕਿਸਾਨ ਆਗੂ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨਾਂ ਕੋ ਨਾਲ ਹਾਂਜੀ ਹਣੀ ਜੀ ਕੀ ਕਾਰਨ ਹੈ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਕੀ ਕਾਰਨ ਅੱਜ ਜਿਹੜਾ ਇਕੱਠੇ ਹੁੰਦਾ ਸੰਯੁਕਤ ਮੋਰਚੇ ਦੇ ਵਿੱਚ ਜੋ ਪੰਜਾਬ 'ਚੋਂ 32 ਜਿੱਥੇ ਲੰਘਿਆ 27 ਤਰੀਕ ਨੂੰ ਅਸੀਂ ਜੋ ਸਮੁੱਚਾ ਭਾਰਤ ਬੰਦ ਕਰ ਰਹੇ ਹਾਂ ਉਸ ਨੂੰ ਕਾਮਯਾਬ ਦੀ ਖਾਤਰ ਬਠਿੰਡਾ ਸ਼ਹਿਰ ਦੇ ਵਿੱਚ ਟੋਟਲ ਵਰਗ ਆ ਜਿਹੜੇ ਉਹਨਾਂ ਨੂੰ ਮਿਲਿਆ ਜਾਊਗਾ ਉਹਨਾਂ ਨੂੰ ਅਪੀਲ ਕੀਤੀ ਜਾਊ ਕਿ ਜਿਹੜਾ ਇਹ ਬੰਦ ਕਰ ਰਹੇ ਹਾਂ ਉਹਦੇ ਵਿੱਚ ਸੰਯੋਗ ਦੇ ਮੈਂ ਪਹਿਲਾਂ ਵੀ ਉਹਨਾਂ ਨੇ ਸੰਯੋਗ ਦਿੱਤਾ ਆਰਥਿਕ ਐਸੋਸੀਏਸ਼ਨਾਂ ਟਰੱਕ ਯੂਨੀਅਨ ਵਾਲੇ ਆ ਬੱਸਾਂ ਵਾਲੇ ਆ ਜਾਂ ਛੋਟੇ ਕਾਰੋਬਾਰੀ ਉਹਨਾਂ ਨੂੰ ਲੈ ਕੇ ਅੱਜ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਉਹਨਾਂ ਨੂੰ ਦੱਸਣਾ ਕਿ 27 ਤਰੀਕ ਦਾ ਜੋ ਅਸੀਂ ਭਾਰਤ ਬੰਦ ਕਰ ਰਹੇ ਉਹਦੇ ਵਿੱਚ ਸੰਯੋਗ ਦੂਗੇ ਇਹ ਸਾਡਾ ਪਹਿਲਾ ਪ੍ਰੋਗਰਾਮ ਆ ਕਿ ਜਦੋਂ ਦੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਅੱਜ ਪੂਰੇ 1 ਸਾਲ ਹੋ ਗਿਆ 25 ਸਤੰਬਰ ਨੂੰ ਤੁਸੀਂ ਦੇਖਿਆ ਕਿ ਸਮੁੱਚਾ ਪੰਜਾਬ ਬੰਦ ਰਿਹਾ ਤੇ ਜਾਮ ਰਿਹਾ ਹੁਣ ਉਸ ਤੋਂ ਬਾਅਦ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਜਿਹੜਾ ਅੰਦੋਲਨ ਫੈਲਿਆ ਉਹਦਾ ਕਰਕੇ ਆਈ ਸੀ ਜ਼ਿਆਦਾ ਜਿਹੜਾ ਪ੍ਰਭਾਵਸ਼ਾਲੀ ਰਹੂਗਾ ਅੱਜ ਅਸੀਂ ਸਾਰੇ ਲੋਕਾਂ ਨੂੰ ਸੱਦਾ ਦੇਣ ਆਏ ਆ ਬਠਿੰਡੇ ਦੇ ਸ਼ਹਿਰਦਿਆਂ ਨੂੰ ਕਿ ਜਿਹੜਾ 27 ਤਰੀਕ ਨੂੰ ਅਸੀਂ ਭਾਰਤ ਬੰਦ ਕਰ ਰਹੇ ਹਾਂ ਉਹਦੇ ਵਿੱਚ ਵੱਧ ਤੋਂ ਵੱਧ ਸੰਯੋਗ ਦਿੱਤਾ ਜਾਵੇ ਕੁਝ ਹੋਰ ਵੀ ਕਿਸਾਨ ਆਗੂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਪਰਸੋਂ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ 27 ਤਰੀਕ ਦਾ ਭਾਰਤ ਬੰਦ ਨੂੰ ਲੈ ਕੇ 27 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਉਹ ਪੂਰੀ ਤਰ੍ਹਾਂ ਸਫਲ ਹੋਊਗਾ ਕਿਉਂਕਿ ਅਸੀਂ ਪਹਿਲਾਂ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਤੇ ਮਿਲ ਕੇ ਵੀ ਅੱਜ ਵੀ ਜਿਵੇਂ ਅਸੀਂ ਜਾਣਾ ਹੈ ਵਪਾਰ ਮੰਡਲ ਨੂੰ ਮਿਲਣਾ ਹੈ ਤੇ ਐਸੋਸੀਏਸ਼ਨ ਨੂੰ ਮਿਲਣਾ ਹੈ ਸਾਰੇ ਭਾਈਚਾਰਿਆਂ ਨੂੰ ਮਿਲਣਾ ਵੀ ਅਪੀਲ ਕਰ ਰਹੇ ਹਾਂ ਵੀ ਜਿਹੜਾ ਭਾਰਤ ਬੰਦ ਹੈ ਉਹਨੂੰ ਆਪਾਂ ਸਫਲ ਬਣਾਜੇ ਤੇ ਜਿਹੜੀ ਮੋਦੀ ਸਰਕਾਰ ਗੂੰਗੀ ਬੋਲੀ ਹੋਈ ਬੈਠੀ ਹੈ ਪਿਛਲੇ 1 ਸਾਲ ਤੋਂ ਘੱਟੋ ਘੱਟ ਇਸ ਨੂੰ ਆਪਾਂ ਜਗਾ ਸਕਗੇ ਭਾਵੇਂ ਕਿ ਨਾ ਕੇਵਲ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਵੀ ਵਿਰੋਧ ਹੋ ਰਿਹਾ ਪਰ ਇਹ ਮੋਦੀ ਸਰਕਾਰ ਇੰਨਾ ਢੀਠ ਹੋ ਚੁੱਕੀ ਹੈ ਕਿਉਂਕਿ ਇਸ ਦੀ ਗਿੱਚੀ ਹੈ ਜਿਹੜੀ ਉਹ ਪਿੱਛੇ ਤੋਂ ਕਾਰਪੋਰੇਟ ਘਰਾਣੇ ਨੇ ਪਕੜੀ ਹੋਈ ਹੈ ਤੇ ਇਹ ਉਹਨਾਂ ਨੀਤੀਆਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ ਵੀ ਜਿਨ੍ਹਾਂ ਨੀਤੀਆਂ ਦੇ ਨਾਲ ਇਹ ਕਾਨੂੰਨ ਲਿਆਂਦੇ ਗਏ ਹੈ ਮੈਂ ਅੱਜ ਵਿਸ਼ੇਸ਼ ਤੌਰ 'ਤੇ ਸਮਾਜ ਦੇ ਸਾਰੇ ਵਰਗਾਂ ਨੂੰ ਕਿਉਂਕਿ ਹਰ ਇੱਕ ਦੇ ਉੱਪਰ ਇਹਨਾਂ ਖੇਤੀ ਕਾਨੂੰਨਾਂ ਦਾ ਅਤੇ ਇਹਨਾਂ ਨੀਤੀਆਂ ਦਾ ਅਸਰ ਪੈਣਾ ਅਪੀਲ ਕਰਦਾ ਵੀ ਉਹ ਇਸ ਬੰਦ ਨੂੰ ਸਫਲ ਬਣਾਉਣ ਦੂਜੀ ਬੇਨਤੀ ਮੈਂ ਸੰਯੁਕਤ ਮੋਰਚੇ ਦੇ ਮੈਂਬਰਾਂ ਨੂੰ ਵਰਕਰਾਂ ਨੂੰ ਜਥੇਬੰਦੀਆਂ ਦਿਆਂ ਨੂੰ ਕਰਨੀ ਚਾਹੁੰਦਾ ਵੀ ਉਹ 27 ਤਰੀਕ ਦਾ ਜਿਹੜਾ ਬੰਦ ਹੈ ਉਹਨੂੰ ਜਿਹੜੀ ਮੋਰਚੇ ਦੀ ਇੱਕ ਆਤਮਾ ਹੈ ਸ਼ਾਂਤੀ ਦੇ ਨਾਲ ਇਹਦਾ ਸਭ ਤੋਂ ਮੂਲ ਮੰਤਰ ਹੈ ਜਿਹਦੇ ਨਾਲ ਅਸੀਂ ਉੱਥੇ ਟਿਕੇ ਹੋਏ ਹਾਂ ਦਿੱਲੀ ਦੇ ਵਿੱਚ ਉਸ ਨੂੰ ਬਣਾਈ ਰੱਖਣ ਅਤੇ ਖਾਸ ਕਰਕੇ ਐਮਰਜੈਂਸੀ ਸੇਵਾਵਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਕੋਈ ਡੈੱਡ ਬੋਡੀ ਜਾ ਰਹੀ ਹੈ ਕੋਈ ਬਿਮਾਰ ਜਾ ਰਿਹਾ ਹੈ ਕੋਈ ਵਿਆਹ ਸ਼ਾਦੀ ਵਾਲੇ ਜਾ ਰਹੇ ਸਮਾਜਿਕ ਫੰਕਸ਼ਨ ਹੈ ਕੋਈ ਜ਼ਰੂਰੀ ਪਹਿਲਾਂ ਦਾ ਰੱਖਿਆ ਹੋਇਆ ਇਹਨਾਂ ਨੂੰ ਬਿਲਕੁਲ ਪਰੇਸ਼ਾਨ ਨਾ ਕਰਨ ਅਤੇ ਮੈਂ ਹੱਥ ਬੰਨ ਕੇ ਅਪੀਲ ਕਰਦਾ ਸੰਯੁਕਤ ਮੋਰਚੇ ਦੇ ਮੈਂਬਰਾਂ ਨੂੰ ਇਸ ਬਾਰੇ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਵੀ ਅਪੀਲ ਕਰਦਾ ਵੀ ਇਹ ਸੰਬੰਧ ਨੂੰ ਸਫਲ ਬਣਾਜੇ ਇੱਕ ਗੱਲ ਮੈਂ ਹੋਰ ਪੰਜਾਬ ਸਰਕਾਰ ਬਾਰੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣੀ ਚਾਹੁੰਦਾ ਸੰਯੁਕਤ ਮੋਰਚੇ ਵੱਲੋਂ ਆਪਣੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕਿ ਪਿਛਲੇ ਦਿਨਾਂ ਦੇ ਵਿੱਚ ਗੁਲਾਬੀ ਸੁੰਡੀ ਦੇ ਕਾਰਨ ਕਾਟਨ ਪੱਟੀ ਸਾਰੀ ਬਠਿੰਡਾ ਮਾਨਸਾ ਮੁਕਤਸਰ ਫਾਜ਼ਿਲਕਾ ਦੇ ਵਿੱਚ ਵੱਡੇ ਪੱਧਰ 'ਤੇ ਸਾਡੀ ਨਰਮੇ ਦੀ ਅਤੇ ਕਪਾਹ ਦੀ ਫਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਸੰਯੁਕਤ ਮੋਰਚੇ ਵੱਲੋਂ ਵੀ ਇਹਦੀ ਵਿਸ਼ੇਸ਼ ਗਰਦੌਰੀ ਕਰਾ ਕੇ ਅਤੇ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਉਹਦਾ 60,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਮਜ਼ਦੂਰਾਂ ਨੂੰ ਦਾ ਰੁਜ਼ਗਾਰ ਮਤਲਬ ਖਤਮ ਹੋ ਗਿਆ ਉਹਨਾਂ ਨੂੰ 10 ਤੋਂ 12,000 ਰੁਪਇਆ ਪ੍ਰਤੀ ਮਜ਼ਦੂਰ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਇਹਦੇ ਨਾਲ ਨਾਲ ਬੇਮੌਸਮੀ ਬਾਰਿਸ਼ ਦੇ ਕਾਰਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਹੁਸ਼ਿਆਰਪੁਰ ਅਮਰੇਲਕੋਟਲਾ ਜਿੱਥੇ ਬਾਸਮਤੀ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਨਵੀਂ ਫਸਲ ਸਬਜ਼ੀਆਂ ਖਾਸ ਕਰਕੇ ਮਟਰ ਆਲੂ ਦੀ ਬਿਜਾਈ ਜਿਹੜੀ ਹੋਈ ਹੈ ਉਹਦੀ ਬਰਬਾਦੀ ਹੋਈ ਹੈ ਉਹਦਾ ਮੁਆਵਜ਼ਾ ਵੀ ਗਰਦੌਰੀ ਕਰਵਾ ਕੇ ਤੁਰੰਤ ਜਾਰੀ ਕੀਤਾ ਜਾਵੇ ਇਹ ਅਸੀਂ ਇਸ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਤਾਂ ਕਿ ਜਿਹੜੀ ਕਿਸਾਨੀ ਪਹਿਲਾਂ ਹੀ ਕਰਜ਼ੇ ਦਾ ਸ਼ਿਕਾਰ ਹੈ ਉਹਦੇ 'ਤੇ ਮਾਰਾਂ ਪੈ ਰਹੀਆਂ ਹੈ ਅਤੇ ਜਿਹੜੀ ਗੁਲਾਬੀ ਸੁੰਡੀ ਦਾ ਜਿਵੇਂ 90 ਦੇ ਦਹਾਕੇ 'ਚ ਲਗਾਤਾਰ ਸੁੰਡੀ ਪੈ ਬਰਬਾਦ ਹੁੰਦੇ ਰਹੇ ਕਿਸਾਨੀ ਸਿਰ ਕਰਜ਼ਾ ਚੜਿਆ ਜ਼ਮੀਨਾਂ ਵਿਕੀਆਂ ਤਾਂ ਇਸ ਦੀ ਨੌਬਤ ਹੁਣ ਦੁਬਾਰੇ ਕਿਤੇ ਗੁਲਾਬੀ ਸੁੰਡੀ ਕਾਰਨ ਆ ਜਾਵੇ ਅਤੇ ਇਸ ਸੁੰਡੀ ਦੇ ਜਿਹੜੀ 2-3 ਸਾਲ ਪਹਿਲਾਂ ਸ਼ੁਰੂ ਹੋਈ ਹੈ ਮੇਰੇ ਅਧਿਐਨ ਦੇ ਮੁਤਾਬਕ ਮੈਂ ਖੋਜ ਕੀਤੀ ਹੈ ਕਿਸਾਨਾਂ ਕੋਲ ਜਾ ਕੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਦਾ ਪੱਕਾ ਹੱਲ ਲੱਭਿਆ ਜਾਵੇ ਕਿਉਂਕਿ ਕਾਟਨ ਦੇ ਮੈਂ ਗੱਲ ਲੰਬੀ ਹੋ ਰਹੀ ਹੈ ਕਾਟਨ ਦੇ ਲਗਭਗ 100 ਦੇ ਆਸੇ ਪਾਸੇ ਕੀੜੇ ਹੁੰਦੇ ਆ ਜਦੋਂ ਉਹਦਾ ਵਾਤਾਵਰਨ ਬਣਦਾ ਜਾਂ ਉਹ ਕਿਸੇ ਬੀਜ ਰਾਹੀਂ ਆਉਂਦਾ ਹੈ ਤਾਂ ਉਹ ਫੈਲਦਾ ਹੈ ਮਤਲਬ ਕਿ ਸਟੈਪ ਬਾਈ ਸਟੈਪ ਅਤੇ ਉਹ ਕਈ ਸਾਲਾਂ ਤਾਈਂ ਸਕਰਿਆ ਰਹਿੰਦਾ ਜਿਵੇਂ ਪਿਛਲੇ ਸਾਲਾਂ 'ਚ ਅਮੈਰੀਕਨ ਸੁੰਡੀ ਰਹੀ ਜਾਂ ਮੰਨ ਲਓ ਕੋਈ ਮਿਲੀ ਬੱਗ ਰਹੀ ਇਸ ਕਰਕੇ ਇਸ ਬਿਮਾਰੀ ਨੂੰ ਤੁਰੰਤ ਇੱਥੇ ਰੋਕਿਆ ਜਾਵੇ ਇਹਦੇ ਵਿਸ਼ੇਸ਼ ਰੋਕਥਾਮਾਂ ਵਿਸ਼ੇਸ਼ ਉਪਾਅ ਜਿਹੜੇ ਉਹ ਕੀਤੇ ਜਾਣ ਅਤੇ ਮੁਆਵਜ਼ਾ ਵੀ ਤੁਰੰਤ ਜਾਰੀ ਕੀਤਾ ਜਾਵੇ
जे आप गल करिए प्रधान जी 27 तरीक के सदन लैके अपना वालों कितने धरना लगाया जा रहा है, तो किन्ने समय तो किन्ने बजे तक लगेगा जी, की टाइम रहेगा? जिहड़ा बंद का समय है वह मैं स्पष्ट कर दिया भी सवेरे 6 बजे तो लेके शाम के 4 बजे तक ऐलान किया गया है। तो जिहड़ा धरने की गल है जिथों तक असी रैली करनी है मुजाहरा करना है वह बठिंडे जिले के मुख तौर पर पिछले दिन जिहड़ी मीटिंग हुई जथेबंदियों च भाई कन्हैया जी चौंक बठिंडे दे विच थर्मल प्लांट दे कोले, इहदे नाल नाल रामपुरा मौड़ ते संगत कैंचियां तलवंडी साबो ये जिहड़ियां मंडियां ने इन्हां दे मेन चौंकां दे विच धरने आ जिहड़े असीं लगावांगे स्टेज चलावांगे। ते जिथे ना केवल किसान जथेबंदियां दे आगू असीं व्यापार मंडल ते दूजे जिन्नियां भी संस्थावां ने जिन्नियां मतलब कि फैडरेशनां ने मुलाज़मां दीआं उहनां नूं भी सद्दे दित्ते होए आ, उहनां दे आगू भी उहनां मंचां तों बोलणगे। तो तुसीं सुनिया किस तरह किसान आगुआं वल्लों कहा गया है कि जो 27 तरीक नूं भारत बंद की लोगों को अपील भी की जा रही है कि सानूं सहयोग दिता जाए, बने रहो 3 पंजाब न्यूज़ चैनल के नाल। मैं राजेश कुमार बठिंडा।